ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਹੁਣ ਪੰਜਾਬ ਦੇ ਵਿੱਚ ਲਗਾਤਾਰ ਉੱਭਰਦਾ ਜਾ ਰਿਹਾ, ਗਰਮ ਹੋ ਰਿਹਾ, ਸਵਾਲ ਜਿਹੜੇ ਸਰਕਾਰਾਂ ਨੂੰ ਹੋ ਰਹੇ ਨੇ। ਤਾਂ ਇਸ ਸੰਬੰਧੀ ਇੱਕ ਫੈਸਲਾ ਹੋਇਆ ਕਿ 19 ਅਗਸਤ ਨੂੰ ਬਾਬਾ ਬਕਾਲਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਏਗਾ ਅੰਮ੍ਰਿਤਪਾਲ ਸਿੰਘ ਅਤੇ ਨਾਲ ਦੀ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਇਹ ਜਿਹੜਾ ਹੈਗਾ ਇਹ ਅੰਮ੍ਰਿਤਪਾਲ ਦੇ ਓਫੀਸ਼ੀਅਲ ਪੇਜ ਟਵਿੱਟਰ ਦੇ ਉੱਪਰ ਸਾਂਝਾ ਕੀਤਾ ਗਿਆ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਦੇ ਵਿੱਚ ਇੱਕ ਸਾਈਡ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾਈ ਗਈ ਹੈ ਅਤੇ ਉਹਨਾਂ ਦੇ ਨਾਲ ਦੀਪ ਸਿੱਧੂ ਵੀ ਹੈ। ਥੱਲੇ MP ਜਿਹੜੇ ਹੈਗੇ ਨੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਉਹਨਾਂ ਦੀ ਤਸਵੀਰ ਹੈ ਅਤੇ ਨਾਲ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਹੈ। ਇਸ ਦੇ ਵਿੱਚ ਲਿਖਿਆ ਗਿਆ ਟਵਿੱਟਰ ਦੇ ਉੱਪਰ ਜੋ ਪੋਸਟ ਸਾਂਝੀ ਕੀਤੀ ਗਈ ਐਕਸ ਅਕਾਊਂਟ ਦੇ ਉੱਪਰ, ਉਸ ਦੇ ਵਿੱਚ ਲਿਖਿਆ ਗਿਆ ਕਿ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖੀ ਗਈ ਪੰਥਕ ਇਕੱਤਰਤਾ ਦੇ ਵਿੱਚ ਜ਼ਰੂਰ ਪਹੁੰਚੋ ਜੀ। ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ MP ਅੰਮ੍ਰਿਤਪਾਲ ਸਿੰਘ ਦਾ ਜੋ ਚੋਣ ਨਤੀਜਿਆਂ ਤੋਂ ਠੀਕ 3 ਦਿਨ ਪਹਿਲਾਂ NSA ਦੀ ਮਿਆਦ ਵਧਾ ਦਿੱਤੀ ਜਾਂਦੀ ਹੈ, 19 ਮਾਰਚ 2025 ਤੱਕ ਅੰਮ੍ਰਿਤਪਾਲ NSA ਦੇ ਤਹਿਤ ਜੇਲ੍ਹ 'ਚ ਬੰਦ ਰਹਿ ਸਕਦੇ ਨੇ ਜੋ ਵਧਾਈ ਗਈ ਹੈ। ਤਾਂ ਇਸ ਨੂੰ ਚੁਣੌਤੀ ਜਿਹੜੀ ਹੈਗੀ ਹੈ ਜੋ NSA ਦਾ ਮਿਆਦ ਪੂਰੀ ਹੋ ਗਈ ਸੀ ਪਰ ਉਸਨੂੰ ਫਿਰ ਵਧਾ ਦਿੱਤਾ ਗਿਆ, ਤਾਂ ਜੋ ਮਿਆਦ ਵਧਾਈ ਹੈ, ਸਮਾਂ ਵਧਾਇਆ ਗਿਆ, ਇਸ ਦੇ ਖਿਲਾਫ਼ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਬੀਤੇ ਦਿਨ ਹੀ ਜਿਹੜਾ ਹੈ ਉਹ ਸੁਣਵਾਈ ਹੁੰਦੀ ਹੈ ਪਟੀਸ਼ਨ ਦੇ ਵਿੱਚ। ਤਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮੁੱਦੇ ਦੇ ਉੱਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ, ਉਹਨਾਂ ਤੋਂ ਆਧਾਰ ਮੰਗਿਆ ਕਿ ਤੁਸੀਂ ਕਿਸ ਬੇਸ ਦੇ ਉੱਪਰ ਇਹ ਜਿਹੜੀ ਗ੍ਰਿਫਤਾਰੀ ਕੀਤੀ ਹੈ, NSA ਵਧਾਇਆ, ਇਸ ਦਾ ਗਰਾਊਂਡ ਕੀ ਹੈ, ਇਹ ਦਿੱਤਾ ਜਾਏ। ਤਾਂ ਇਸ ਦੇ ਉੱਪਰ ਹੁਣ 28 ਅਗਸਤ ਨੂੰ ਦੁਬਾਰਾ ਸੁਣਵਾਈ ਹੋਏਗੀ। ਫਿਲਹਾਲ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜੋ ਇਕੱਠ ਹੈ ਉਹ 19 ਅਗਸਤ ਨੂੰ ਤੈਅ ਹੋ ਚੁੱਕਿਆ। ਬਾਬਾ ਬਕਾਲਾ ਦੀ ਧਰਤੀ 'ਤੇ ਰੱਖੜ ਪੁੰਨਿਆ ਦੇ ਮੌਕੇ ਦੇ ਉੱਪਰ ਇਹ ਇਕੱਠ ਕੀਤਾ ਜਾਵੇਗਾ। ਪੰਥਕ ਇਕੱਤਰਤਾ ਸੱਦੀ ਗਈ ਹੈ, ਇਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਰਿਹਾਈ ਦਾ ਮੁੱਦਾ ਵੀ ਜਿਹੜਾ ਹੈ ਉਹ ਜ਼ਰੂਰ ਇਸ ਦੇ ਵਿੱਚ ਹੀ ਉਠਾਇਆ ਜਾਏਗਾ ਅਤੇ ਨਾਲ ਦੀ ਨਾਲ ਆਵਾਜ਼ ਕੇਂਦਰ ਸਰਕਾਰ ਤੱਕ, ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।